ਅਸਲਾਮੁਅਲੈਕਮ ਜੀ ਮੈਂ ਸਜਾਦ احمد ਦਦਰਾ ਜੱਟ ਇੱਕ ਜਾਣਕਾਰੀ ਐਸੀ ਲੈ ਕੇ ਤੁਹਾਡੀ ਸੇਵਾ ਚ ਆਇਆ ਵਾਂ ਆਪਣੇ ਚੈਨਲ ਵੇਖੋ ਪੰਜਾਬ ਦੇ ਰਾਈ ਕਿ ਇੱਕ ਬਹੁਤ ਵੱਡਾ ਇੱਕ ਭਲੇਖਾ ਸਾਡੀ ਤਾਰੀਖ ਵਿੱਚ ਪਾ ਦਿੱਤਾ ਗਿਆ ਉਸ ਭਲੇਖੇ ਨੂੰ ਦੂਰ ਕਰਨ ਦੀ ਅਸੀਂ ਅੱਜ ਕੋਸ਼ਿਸ਼ ਕਰਾਂਗੇ ਤੇ ਉਹ ਸਾਰੀ ਸੱਚਾਈ ਤੁਹਾਨੂੰ ਦੱਸਾਂਗਾ ਕਿਹਾ ਜਾਂਦਾ ਜੀ ਕਿ ਹੀਰ ਰਾਂਝਾ ਦਾ ਅਸਲ ਜਿਹੜਾ ਦਰਬਾਰ ਹੈ ਨਾ ਜੀ ਮਜ਼ਾਰ ਹੈ ਉਹ ਚੰਗ ਸ਼ਹਿਰ ਹੈ ਜੀ ਉਹ ਟਿੱਬੇ ਦੇ ਉੱਤੇ ਕਬਰਸਤਾਨ ਦੇ ਵਿੱਚ ਜਿੱਥੇ ਪਿਛਲੇ ਸਾਲ ਮੈਂ ਵੀ ਵਲੌਗ ਕੀਤਾ ਤੁਸੀਂ ਬੜੀ ਮੁਹੱਬਤ ਦਿੱਤੀ 1 ਮਿਲੀਅਨ ਤੋਂ ਉੱਤੇ ਮੈਨੂੰ ਵਿਊ ਆਏ ਨੇ ਤੁਸੀਂ ਬਹੁਤ ਜ਼ਿਆਦਾ ਜੇ ਵੀ ਮੈਨੂੰ ਉਹ ਮੁਹੱਬਤ ਦੇ ਰਹੇ ਅਗਰ ਕਹੋਗੇ ਤਾਂ ਉਹਦਾ ਮੈਂ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਵਿੱਚ ਪਾ ਦਾਂਗਾ ਤੁਸੀਂ ਉਹ ਵੀਡੀਓ ਵੇਖ ਸਕਦੇ ਹੋ ਮੈਂ ਉੱਥੇ ਜਾ ਕੇ ਝੰਗ ਸ਼ਹਿਰ ਜਾ ਕੇ ਵਲੌਗ ਕੀਤਾ ਸੀ ਅੱਜ ਦਾ ਵਲੌਗ ਜਿਹੜਾ ਅਸੀਂ ਕਰਨ ਜਾ ਰਹੇ ਹਾਂ ਉਹ ਵੀ ਹੀਰਾਂਜੇ ਦੇ ਉੱਤੇ ਹੀ ਹੈ ਲੇਕਿਨ ਇੱਕ ਭੁਲੇਖਾ ਦੂਰ ਕਰਨ ਦੀ ਅਸੀਂ ਕੋਸ਼ਿਸ਼ ਕਰਨੀ ਹੈ ਤੇ ਸਬੂਤਾਂ ਦੇ ਰਾਹੀਂ ਤੁਹਾਨੂੰ ਦੱਸਾਂਗੇ ਕਿ ਉਹ ਅਸਲ ਜਿਹੜਾ ਹੀਰਾਂਜੇ ਦਾ ਮਜ਼ਾ ਰੋ ਨਹੀਂ ਜਿਹੜਾ ਝੰਗ ਵਿੱਚ ਤੁਸੀਂ ਵੇਖਦੇ ਹੋ ਤੇ ਸਭ ਲੋਕ ਉੱਥੇ ਜਾ ਕੇ ਉਹਨਾਂ ਦੇ ਵੀਡੀਓ ਕਰਦੇ ਨੇ ਤਾਰੀਖ ਦੱਸਦੇ ਨੇ ਕੋਈ ਕਿਸੇ ਪਾਸੇ ਨੂੰ ਲੈ ਜਾਂਦਾ ਕੋਈ ਕਿਸੇ ਪਾਸੇ ਨੂੰ ਲੈ ਜਾਂਦਾ ਲੇਕਿਨ ਅਸੀਂ ਜਿਹੜੀ ਤੁਹਾਨੂੰ ਚੀਜ਼ ਦੱਸਣ ਜਾ ਰਹੇ ਹਾਂ ਉਹਨੇ ਤਾਰੀਖ ਦੱਸਣ ਜਾ ਰਹੇ ਹਾਂ ਇੱਕ ਸਚਾਈ ਦੱਸਣ ਜਾ ਰਹੇ ਹਾਂ ਉਹ ਤੁਹਾਨੂੰ ਮੇਰਾ ਖਿਆਲ ਹੈ ਕਿ 100 ਵਿੱਚੋਂ 99% ਲੋਕਾਂ ਕੋਲ ਉਹ ਨਹੀਂ ਲੱਭੇਗਾ ਇੱਕੋ ਹੀ ਬੰਦਾ ਪਾਕਿਸਤਾਨ ਵਿੱਚ ਬਲਕਿ ਪੰਜਾਬ ਦੀ ਤਾਰੀਖ ਵਿੱਚ ਇਸ ਵੇਲੇ ਬਹੁਤ ਵੱਡਾ ਉਹਨਾਂ ਦਾ ਮਕਾਮ ਤੇ ਉਹਨਾਂ ਦਾ ਇੱਕ ਰੁਤਬਾ ਜਿਨ੍ਹਾਂ ਨੇ ਸਾਰੀ ਜਾਣਕਾਰੀ ਮੈਨੂੰ ਦਿੱਤੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਤਾਂ ਤੁਸੀਂ ਮੰਨੋਗੇ ਕਿ ਵਾਕਈ ਹੀਰਾਂ ਜਿਹਦਾ ਮਜ਼ਾਰ ਜਿਹੜਾ ਹੈ ਨਾ ਝੰਗ ਵਾਲਾ ਨਹੀਂ ਕਿਤੇ ਹੋਰ ਵਾਲਾ ਤਖਤ ਹਜ਼ਾਰੇ ਵਾਲਾ ਅੱਜ ਸਾਰਾ ਕੁਝ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲੱਗਿਆ ਲੋ ਅਗਰ ਚੈਨਲ ਤੇ ਨਵੇਂ ਆ ਗਏ ਹੋ ਤੇ ਵੇਖੋ ਪੰਜਾਬ ਨੂੰ ਸਬਸਕ੍ਰਾਈਬ ਕਰ ਲਵੋ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਬਾਕਸ ਵਿੱਚ ਤੁਸੀਂ ਵੀ ਆਪਣੀ ਰਾਏ ਦਵੋ ਸੋਹਣੇ ਜਿਹੜਾ ਝੰਗ ਟਿੱਬੇ ਦੇ ਉੱਤੇ ਟਿੱਬਾ ਬ੍ਰਹਮਨਗੜ੍ਹ ਦੇ ਉੱਤੇ ਜਿਹੜਾ ਸਰਕਾਰ ਮੇਰੀ ਇੱਕ ਮਜ਼ਾਰ ਬਣਿਆ ਜਿਹਨੂੰ ਮਸ਼ਹੂਰ ਕਰ ਦਿੱਤਾ ਗਿਆ ਹੈ ਕਿ ਮਾਈ ਹੀਰ ਤੇ ਮੀਆਂ ਰਾਂਝੇ ਦਾ ਮਜ਼ਾਰ ਹੈ ਇਹ ਅਸਲ ਉਹ ਜਿਹੜਾ ਹੀਰ ਰਾਂਝਾ ਫਿਲਮ ਵਾਲਾ ਤੇ ਉਹ ਤਰੀਖ ਵਾਲਾ ਵਾਰਿਸ ਸ਼ਾਹ ਸਰਕਾਰ ਵਾਲੀ ਜਿਹੜੀ ਹੀਰ ਤੇ ਰਾਂਝਾ ਨਾ ਇਹ ਉਹਨਾਂ ਦਾ ਮਜ਼ਾਰ ਨਹੀਂ ਅੱਜ ਸਬੂਤ ਨਾਲ ਤੁਹਾਨੂੰ ਦੱਸਣ ਲੱਗਿਆ ਸੀ ਇਹ ਮਜ਼ਾਰ ਅਸਲ ਜਿਹੜਾ ਨਾ ਮਾਈ ਹੀਰ ਦਾ ਤੇ ਮੀਆਂ ਰਾਂਝਾ ਵੀ ਨਹੀਂ ਇਹ ਵੀ ਗਲਤ ਕਿਹਾ ਗਿਆ ਇੱਥੇ ਮੀਆਂ ਰਾਂਝਾ ਨਹੀਂ ਬਲਕਿ ਮੁਰਾਦ ਬਖਸ਼ ਰਾਂਝੇ ਦਾ ਹੈ ਇਹਨਾਂ ਦੋਨਾਂ ਦਾ ਇਹ ਮਜ਼ਾਰ ਹੈ ਉਹ ਕਿੱਸਾ ਕਹਾਣੀ ਵੀ ਸੁਣ ਲਵੋ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਅਸਲ ਹੀਰਾਂਜੇ ਦਾ ਮਜ਼ਾਰ ਜਿਹੜਾ ਉਹ ਕਿੱਥੇ ਵੇ ਤੇ ਇਹ ਇਸ ਮਜ਼ਾਰ ਦੀ ਕੀ ਤਾਰੀਖ ਹੈ ਪਹਿਲੇ ਪਿਆਰਿਓ ਹੀਰ ਵਾਰਿਸ ਆ ਸਰਕਾਰ ਵਾਲਾ ਜਿਹੜਾ ਹੀਰ ਰਾਂਝਾ ਹੈ ਅਸੀਂ ਉਹਨਾਂ ਦਾ ਜ਼ਿਕਰ ਪਹਿਲੇ ਤੁਹਾਡੇ ਨਾਲ ਕਰਨੇ ਆ ਫਿਰ ਇਸ ਝੰਗ ਵਾਲਾ ਜਿਹੜਾ ਮਾਈ ਹੀਰ ਤੇ ਮੀਆਂ ਰਾਂਝਾ ਜਿਹਨੂੰ ਆਖਿਆ ਜਾਂਦਾ ਇਹਨਾਂ ਦੇ ਉੱਤੇ ਵੀ ਰੋਸ਼ਨੀ ਪਾਣੇ ਆ ਪਹਿਲੇ ਪਹਿਲਿਆਂ ਦੇ ਬਾਰੇ ਸੁਣ ਲਵੋ ਮੌਜਦਾਰ ਖਾਨ ਰਾਂਝੇ ਦੇ ਜਿਹੜਾ ਨਾ 8ਵਾਂ ਪੁੱਤਰ ਉਹਦਾ ਨਾਂ ਸੀ ਜੀ ਧੀਦੋ ਰਾਂਝਾ ਜਿਹੜਾ 24 ਜੂਨ 1456 ਨੂੰ ਜਿਹੜਾ ਜੰਮਿਆ ਸੀ ਤੇ 22 ਮਈ 1461 ਈਸਵੀ ਨੂੰ ਮਾਰ ਚੂਚਕ ਦੀ ਕੱਲੀਕਾਰੀ ਧੀ ਜਿਹੜੀ ਹੈ ਇੱਜ਼ਤ ਬੀਬੀ ਜੀ ਨੂੰ ਹੀਰ ਆਖਿਆ ਜਾਂਦਾ ਉਹਦਾ ਅਸਲ ਨਾਂ ਜਿਹੜਾ ਇੱਜ਼ਤ ਬੀਬੀ ਸੀ ਉਹ ਜੰਮੀ ਸੀ ਤੇ ਬਚਪਨ ਵਿੱਚ ਇਹਨਾਂ ਦਾ ਨਿਕਾਹ ਕਰ ਦਿੱਤਾ ਗਿਆ ਲੇਕਿਨ ਹੀਰ ਦੀ ਮਾਂ ਤੇ ਜਿਹੜਾ ਮਾਮਾ ਰਾਜ਼ੀ ਨਹੀਂ ਸੀ ਉਹਨਾਂ ਨੇ ਆਪਣਾ ਖੇੜਿਆਂ ਵਿੱਚ ਵਿਆਹ ਧੱਕੇ ਨਾਲ ਕਰ ਦਿੱਤਾ ਉਹ ਵੀ ਜ਼ਬਰਦਸਤੀ ਹੋਇਆ ਜਿੱਥੋਂ ਫਿਰ ਅੱਗੇ ਚੱਲ ਕੇ ਕੇਸ ਕਰ ਦਿੱਤਾ ਗਿਆ ਇਹਦੇ ਤੇ ਵੀ ਅਹੀ ਵੀਡੀਓ ਪਾਈ ਹੈ ਅਗਰ ਤੁਸੀਂ ਵੇਖਣਾ ਚਾਹੋ ਤੇ ਉਹਦਾ ਲਿੰਕ ਵੀ ਜਿਹੜਾ ਮੈਂ ਡਿਸਕ੍ਰਿਪਸ਼ਨ ਵਿੱਚ ਪਾ ਦਾਂਗਾ ਤਫਸੀਲ ਤੁਸੀਂ ਉਹਦੇ ਵਿੱਚ ਜਾਣ ਸਕਦੇ ਲੇਕਿਨ ਅੱਜ ਦੀ ਜਿਹੜੀ ਹੈ ਨਾ ਵੀਡੀਓ ਤਫਸੀਲਾਂ ਵੀਡੀਓ ਨਹੀਂ ਬਲਕਿ ਅਸੀਂ ਦੋਨਾਂ ਮਜ਼ਾਰਾਂ ਦੇ ਉੱਤੇ ਗੱਲ ਕਰਨੀ ਹੈ ਕਿ ਅਸਲ ਮਜ਼ਾਰ ਹੀ ਰਾਂਝੇ ਦਾ ਕਿਹੜਾ ਤੇ ਜਦੋਂ ਹੀਰਾਂਝਾ ਜਿਹੜੇ ਨੇ ਕੇਸ ਜਿਹੜੇ ਨੇ ਇਹਨਾਂ ਦਾ ਖਾਨਦਾਨ ਕੇਸ ਜਿੱਤ ਗਿਆ ਖੇੜਿਆਂ ਕੋਲੋਂ ਤੇ ਉਹ ਵਾਪਸ ਜਿਹੜਾ ਹੀਰ ਨੂੰ ਲੈ ਕੇ ਰਾਂਝਾ ਆ ਰਿਹਾ ਸੀ ਕਿ ਜਦੋਂ ਕਿਹਾ ਜਾਂਦਾ ਹੈ ਕਿ ਅਪ੍ਰੈਲ 1479 ਨੂੰ ਕੋਟ ਕਾਲਾ ਪਠਾਣਾ ਕੋਟ ਕਬੂਲਾ ਦੇ ਲਾਗੇ ਜਿਹੜੀ ਇਹਨਾਂ ਦੀ ਜਿਹੜੀ ਉਹ ਡੈਥ ਹੋ ਜਾਂਦੀ ਏ ਇਹਨਾਂ ਨੂੰ ਕਜਾਵਿਆਂ ਦੇ ਉੱਤੇ ਊਠਾਂ ਦੇ ਉੱਤੇ ਜਿਹੜੇ ਨੇ ਇਹਨਾਂ ਦੀ ਜਿਹੜੀ ਮੈਯਤਾ ਨੇ ਉਹਨਾਂ ਨੂੰ ਜਿਹੜਾ ਨਾ ਉਹ ਆਪਣਾ ਤਖਤ ਹਜ਼ਾਰੇ ਲਿਆ ਕੇ ਤੇ ਦਫਨਾਇਆ ਜਾਂਦਾ ਜਿੱਥੇ ਧੀ ਦੋ ਰਾंजे ਦੀ ਜਿਹੜੀ ਸੀ ਨਾ ਆਪਣੀ ਭਾਬੀ ਯੰਗਾ ਖਤੂਨ ਉਹ ਇਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਲਾੜ ਲੜਾਉਂਦੀ ਸੀ ਇਹਨਾਂ ਦੇ ਉਹਨਾਂ ਨੇ ਫਿਰ ਇੱਕ ਮਸਜਿਦ ਬਣਵਾਈ ਮੀਆਂ ਰਾਂਝਾ ਦੇ ਨਾਂ ਤੋਂ ਉਹ ਉਹਨਾਂ ਦੇ ਉੱਥੇ ਅਜੇ ਵੀ ਸਰਗੋਧ ਜਿਹੜਾ ਪਿੰਡ ਹੈ ਨਾ ਤਖਤ ਹਜ਼ਾਰਾ ਉਸ ਪਿੰਡ ਦੇ ਵਿੱਚ ਅਜੇ ਵੀ ਮੌਜੂਦ ਹੈ ਜਿਹੜੀ ਕਿ ਨਾਨਕ ਸ਼ਾਹੀ ਜਾਂ ਅਕਬਰ ਸ਼ਾਹੀ ਏਟ ਬਰੀਕ ਪਤਲੀ ਏਟ ਜਿਹੜੀ ਹੈ ਟੈਲਟ ਉਹਦੇ ਨਾਲ ਬਣਵਾਈ ਗਈ ਉਹਦੀ ਜਿਹੜੀ ਥੱਲੇ ਤਹਿ ਖਾਨਾ ਨੇ ਜਿਹੜਾ ਉਸ ਤਹਿ ਖਾਨੇ ਦੇ ਵਿੱਚ ਅੱਜ ਵੀ ਹੀਰਾਂਜੇ ਦੀ ਜਿਹੜੀ ਕਬਰ ਮੌਜੂਦ ਹੈ ਜਿਹੜੀ ਕਿ ਉੱਥੇ ਕਬਰ ਬਣਵਾਈ ਗਈ ਪਤਾ ਨਹੀਂ ਕਿਸਰਾ ਇਹਨਾਂ ਨੇ ਕਹਿ ਦਿੱਤਾ ਕਿ ਉਥੋਂ ਜੀ ਉਹ ਕੋਰਟ ਕਬੂਲਿਓ ਤੇ ਤਖਤ ਹਜ਼ਾਰਿਓ ਉਹਨਾਂ ਨੇ ਝੰਗ ਲਿਆ ਦਫਨਾਇਆ ਉਹ ਕਿਹੜੀ ਐਸੀ ਜਨਾਬ ਲਈ ਐਂਬੂਲੈਂਸ ਤੇ ਕਿਹੜੀ ਐਸੀ ਤੇਜ਼ ਰਫਤਾਰ ਜਹਾਜ਼ ਸੀ ਜਿਹਦੇ ਤੇ ਲਾਸ਼ਾਂ ਇੱਥੇ ਬੇਜਤਾਂ ਲਿਆ ਕੇ ਦਸਨ ਦਫਨਾਇਆਂ ਗਈਆਂ ਤਾਰੀਖ ਲਿਖਣ ਵਾਲੇ ਵੀ ਕਮਾਲ ਕਰੀ ਜਾਂਦੇ ਨੇ ਯਕੀਨ ਕਰੋ ਅੱਗੋਂ ਉਸੇ ਤਰ੍ਹਾਂ ਜਨਾਬ ਵਾਲੇ ਕਹਿਣ ਵਾਲੇ ਤੇ ਵੀਡੀਓਜ਼ ਕਰਨ ਵਾਲੇ ਤੇ ਆਪਣੇ ਕੋਲੋਂ ਹੀ ਛੱਡੂ ਬਸ ਸਾਰੇ ਸ਼ੁਰੂ ਹੋਏ ਨੇ ਤੇ ਹੁਣ ਜਿਹੜੇ ਮਾਈ ਹੀਰ ਦਾ ਜਿਹੜਾ ਮਜ਼ਾਰ ਹੈ ਜਿੰਨੂੰ ਕਿ ਅਸਲ ਹੀਰਾਂਜ ਦਾ ਮਜ਼ਾਰ ਮਸ਼ਹੂਰ ਕਰ ਦਿੱਤਾ ਗਿਆ ਚੰਗ ਵਿੱਚ ਇਹਦੇ ਬਾਰੇ ਸੁਣ ਲਓ ਇਹ ਮਾਈ ਹੀਰ ਦਾ ਮਜ਼ਾਰ ਹੈ ਜੀ ਉਹ ਜਿਹੜੇ ਹੀਰਾਂਜ ਨੇ ਉਹਨਾਂ ਨੂੰ ਮਾਈ ਨਹੀਂ ਆਖਿਆ ਜਾਂਦਾ ਨਾ ਮੀਆਂ ਰਾਂਝਾ ਆਖਿਆ ਜਾਂਦਾ ਹੈ ਇਹ ਮਾਈ ਹੀਰ 830 ਹਿਜਰੀ ਨੂੰ ਜਿਹੜੀ ਜੰਮੀ ਸੀ ਤੇ ਇਹ ਇੱਕ ਵਲੀ ਅੱਲਾਹ ਸੀ ਇੱਕ ਦਰवेश ਨਹੀਂ ਸੀ ਜਿਹਨੂੰ ਸਾਈ ਲੋਕ ਆਖਿਆ ਜਾਂਦਾ ਜਿਹੜੇ ਕਿ ਮਜਜ਼ੂਬ ਸਨ ਠੀਕ ਹੈ ਤੇ ਜਿਹੜੀ ਹੀਰ ਰਾਂਝਾ ਜਿਹੜੀ ਵਾਰਿਸ ਆ ਸਰਕਾਰ ਵਾਲੀ ਹੀਰ ਉਹ ਉਹ ਤੇ 865 ਹਿਜਰੀ ਵਿੱਚ ਜਾ ਕੇ ਉਹਦੀ ਪੈਦਾਇਸ਼ ਹੋਣ ਲਈ ਯਾਨੀ ਕਿ ਮਾਈ ਹੀਰ ਤੋਂ ਬਾਅਦ ਵਿੱਚ ਕਿਤੇ ਜਾ ਕੇ 35 ਸਾਲ ਉਹਨਾਂ ਦੀ ਜਿਹੜੀ ਇਹ ਨਾ ਉਹ ਜਨਮ ਪਿਆ ਹੁੰਦਾ ਤੇ ਜਿਹੜਾ ਮੀਆਂ ਰਾਂਝਾ ਇੱਥੇ ਆਖਿਆ ਜਾਂਦਾ ਜੀ ਮਾਈ ਹੀਰ ਤੇ ਮੀਆਂ ਰਾਂਝਾ ਉਹ ਮੀਆਂ ਰਾਂਝਾ ਨੇ ਸੀ ਉਹਦਾ ਨਾਂ ਸੀ ਮੁਰਾਦ ਬਖਸ਼ ਰਾਂਝਾ ਠੀਕ ਹੈ ਉਹ ਵੰਜਲੀ ਬਹੁਤ ਵਜਾਂਦਾ ਹੁੰਦਾ ਸੀ ਬੜੀ ਸੁਰੀਲੀ ਵੰਜਲੀ ਵਜਾਂਦਾ ਸੀ ਉਹ ਆਪਣੇ ਪੀਰਾਂ ਕੋਲ ਗਿਆ حضرت ਮਖਦੂਮ ਅਹਿਮਦ ਕਬੀਰ ਸ਼ਾਹ ਸਾਹਬੁਰਾ ਕੋਲ ਉੱਚ ਸ਼ਰੀਫ ਉਹਨੇ ਜਾ ਕੇ ਆਖਿਆ ਕਿ ਸਰਕਾਰ ਮੈਂ ਤੁਹਾਡਾ ਮুরিਦ ਹੋਣਾ ਚਾਹਨਾ ਲਿਆਜ਼ਾ ਮੈਨੂੰ ਜਿਹੜਾ ਨਬੈਤ ਕਰ ਲੋ ਉਹਨੇ ਕਿਹਾ ਨਾ ਬੱਚੜਾ ਤੂੰ ਬੈਤ ਕਿੰਨਾ ਦਾ ਹੋਣਾ ਕਿੰਨਾ ਦਾ ਮਰੀਦ ਹੋਣਾ ਤੂੰ ਬਰਮ ਟਿੱਬਾ ਬ੍ਰਹਮਣਗੜ ਚੰਗ ਤੁਰ ਜਾ ਉੱਥੇ ਮਾਈ ਹੀਰ ਦਾ ਤੂੰ ਜਾ ਕੇ ਨਾ ਤੇ ਬਾਤ ਹੁਣ ਤੇਰੇ ਪੀਰ ਉਹ ਨੇ ਲਿਹਾਜ਼ਾ ਉਹ ਮੁਰਾਦ ਬਖਸ਼ ਰਾਂਝਾ ਜਿਹੜਾ ਨਾ ਉਥੋਂ ਸਫ਼ਰ ਕੀਤਾ ਉਹਨੇ ਉੱਚ ਸ਼ਰੀਫ ਤੋਂ ਤੇ ਉਹ ਇੱਥੇ ਚੰਗ ਆ ਗਿਆ ਟਿੱਬੇ ਤੇ ਇੱਥੇ ਆ ਕੇ ਤੇ ਮਾਈ ਹੀਰ ਨੂੰ ਨਾ ਆਖਿਆ ਕਿ ਮੈਨੂੰ ਬੈਤ ਕਰ ਲਓ ਲਿਹਾਜ਼ਾ ਉਹਨਾਂ ਨੇ ਮਾਈ ਹੀਰ ਸਾਹਿਬਾ ਨੇ ਇਹਨਾਂ ਨੂੰ ਆਪਣਾ ਚੇਲਾ ਬਣਾ ਲਿਆ ਇਹ ਫਿਰ ਉੱਥੇ ਹੀ ਸਾਰੀ ਜ਼ਿੰਦਗੀ ਇਹਨਾਂ ਨੇ ਕੱਟੀ ਤੇ ਵੰਜਲੀ ਬਹੁਤ ਸੋਹਣੀ ਵਜਾਂਦੇ ਸੀ ਲੋਕ ਇਕੱਠੇ ਹੋ ਜਾਂਦੇ ਹੁੰਦੇ ਸਨ ਤੇ ਮਾਈ ਸਾਹਿਬਾ ਵੀ ਮਸਤ ਹੋ ਜਾਂਦੀਆਂ ਸਨ ਇਹਨੇ ਫਿਰ وصੀਅਤ ਕੀਤੀ ਕਿ ਜਦੋਂ ਮੈਂ ਮਰ ਜਾਵਾਂ ਮੈਂ ਜਦੋਂ ਫੌਤ ਹੋ ਜਾਵਾਂ ਤੇ ਮੇਰੀ ਜਿਹੜੀ ਕਬਰ ਹੈ ਨਾ ਉਹ ਐਸੇ ਮਾਈ ਸਾਹਿਬਾ ਦੇ ਨਾਲ ਜਿਹੜੀ ਬਣਾਣੀ ਹੈ ਫਿਰ ਉਹ ਮਾਈ ਸਾਹਿਬਾ ਜਿਹੜੀਆਂ ਨੇ ਮਾਈ ਹੀਰ ਸਾਹਿਬਾ ਉਹ ਵੀ ਫੌਤ ਹੋ ਗਈਆਂ ਉਹਨਾਂ ਉਹਨਾਂ ਤੋਂ ਬਾਅਦ ਫਿਰ ਕਿਤੇ ਜਾ ਕੇ ਮੁਰਾਦ ਬਖਸ਼ ਰਾਂਝਾ ਜਿਹੜਾ ਹੈ ਉਹ ਫੌਤ ਹੋਇਆ ਫਿਰ ਉਹਦੀ ਕਬਰ ਵੀ ਉੱਥੇ ਹੀ ਬਣਾਇਤੀ ਗਈ ਜਿਹਨੂੰ ਅੱਜ ਆਖਿਆ ਜਾਂਦਾ ਜੀ ਮਾਈ ਹੀਰ ਤੇ ਮੀਆ ਰਾਂਝਾ ਮੀਆ ਰਾਂਝਾ ਕੋਈ ਨਹੀਂ ਉੱਥੇ ਮੀਆ ਰਾਂਝਾ ਕੀ ਹੈ ਕਿ ਉਹ ਇੱਕ ਗੋਤ ਸੀ ਉਹਦੀ ਰਾਂਝਾ ਲਿਆਦਾ ਇਸ ਵਾਸਤੇ ਜਿਹੜਾ ਉਹਨੂੰ ਮੀਆ ਰਾਂਝਾ ਆਖਿਆ ਜਾਂਦਾ ਹੈ ਮਾਈ ਹੀਰ ਵਾਕਈ ਮਾਈ ਹੀਰ ਲੇਕਿਨ ਉਹ ਵਾਰਿਸ ਸ਼ਾਹ ਸਰਕਾਰ ਵਾਲੀ ਉਹ ਫਿਲਮਾਂ ਵਾਲੀ ਜਿਹੜੀ ਹੈ ਲੋਕ ਦਾਸਤਾਂ ਵਾਲੀ ਜਿਹੜੀ ਜਿਹੜੀ ਹੀਰ ਇੱਜ਼ਤ ਬੀਬੀ ਉਹ ਐ ਨਹੀਂ ਇਹੋ ਹੀ ਇੱਕ ਭਲੇਖਾ ਪਾ ਦਿੱਤਾ ਗਿਆ ਤੇ ਪਾਈ ਜਾ ਰਹੇ ਨੇ ਲੋਕੀ ਅੱਗੋਂ ਲੇਕਿਨ ਇਨਸ਼ਾਅੱਲਾ ਉਮੀਦ ਹੈ ਕਿ ਬਹੁਤ ਜਲਦ ਇਹ ਭਲੇਖੇ ਖਤਮ ਹੋਣਗੇ ਤੇ ਅਸੀਂ ਮੰਗ ਕਰਨੇ ਆ ਪੰਜਾਬ ਸਰਕਾਰ ਅੱਗੇ ਵੀ ਕਿ ਅਸਲ ਜਿਹੜੀ ਇਹ ਹੀ ਰਾਂਝਾ ਦਾ ਜਿਹੜਾ ਲੋਕ ਵਿਰਸਾ ਹੈ ਸਕਾਫਤ ਹੈ ਜਿਹੜੀ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਪੁਰਾਣੀ ਜਿਹੜੀ ਦਾਸਤਾਨ ਹੈ ਉਹ ਜਿਹੜੇ ਅਸਲ ਕੈਰੈਕਟਰ ਨੇ ਉਹ ਜਿਹੜੇ ਇਸ਼ਕ ਦੇ ਜਿਹੜੇ ਜਨਾਬ ਅਲੀ ਉਹ ਮਿਨਾਰ ਹੋਏ ਨੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਏ ਤਖਤ ਹਜ਼ਾਰੇ ਜਿਹੜੀ ਮੀਆਂ ਰਾਂਝਾ ਜਿਹੜੀ ਮਸੀਤ ਉਹਦੇ ਜਿਹੜੇ ਤਖ਼ਾਨੇ ਦੇ ਵਿੱਚ ਜਿਹੜੀ ਕਬਰ ਹੈ ਉਹ ਇੱਕੋ ਹੀ ਕਬਰ ਹੈ ਉਹ ਉਹਨਾਂ ਦੀ ਹੈ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਏ ਉੱਥੇ ਮਜ਼ਾਰ ਬਣਾਇਆ ਜਾਏ ਉਹਦੀ ਤਸ਼ਹੀਰ ਕੀਤੀ ਜਾਏ ਤਾਂ ਕਿ ਨਵੀਂ ਜਨਰੇਸ਼ਨ ਨੂੰ ਪਤਾ ਲੱਗੇ ਕਿ ਇਹ ਜਿਹੜਾ ਚੰਗ ਟਿੱਬੇ ਤੇ ਜਿਹੜਾ ਨਾ ਹੀਰਾਂਜੇ ਦਾ ਮਜ਼ਾਰ ਇਹ ਹੀਰਾਂਜੇ ਦਾ ਨਹੀਂ ਇਹ ਮੀਆਂ ਮੀਆਂ ਆਪਣਾ ਮਾਈ ਹੀਰ ਤੇ ਮੀਆਂ ਰਾਂਝਾ ਮੁਰਾਦ ਬਖਸ਼ ਰਾਂਝੇ ਦਾ ਜਨਾਬਲੀ ਹੈ ਜਿਹੜੀ ਇਹਨਾਂ ਕਬਰ ਹੈ ਅਸਲ ਜਿਹੜੀ ਹੈ ਉਹ ਤਖਤ ਹਜ਼ਾਰੇ ਹੈ ਇਹ ਮੈਂ ਜਦੋਂ ਵੀਡੀਓ ਕੀਤੀ ਨਾ ਪਿਛਲੇ ਸਾਲ ਹੀਰਾਂਜੇ ਤੇ ਵਲੌਗ ਮੈਂ ਕੀਤਾ ਚੰਗ ਜਾ ਕੇ ਉਹ ਮੇਰੀ ਵੀਡੀਓ ਵਾਇਰਲ ਹੋਈ ਏ ਤੇ ਪੰਜਾਬੀ ਅਦਬ ਦੇ ਬਹੁਤ ਵੱਡੇ ਖੋਜਕਾਰ ਜਨਾਬ ਐਹਸਾਨ ਬਾਜਵਾ ਸਾਹਿਬ ਜਿਨ੍ਹਾਂ ਬੜੀਆਂ ਕਿਤਾਬਾਂ ਸ਼ੇਰੋ ਸ਼ਾਇਰੀ ਵਿੱਚ ਵੀ ਲਿਖੀਆਂ ਫਿਰ ਉਹਨਾਂ ਦਾ ਤਾਰੀਖ ਤੇ ਮੈਂ ਕਹਿੰਨਾ ਕਿ ਉਹਨਾਂ ਤੇ ਲੋਕੀ ਪੀ ਐਚ ਡੀ ਤੇ ਕਰਦੇ ਨੇ ਪੰਜਾਬੀ ਪੰਜਾਬੀ ਤੇ ਐਸਾ ਕੰਮ ਉਸ ਬੰਦੇ ਦਾ ਪੰਜਾਬੀ ਤੇ ਪੰਜਾਬੀ ਅਦਬ ਨਾਲ ਉਹਨਾਂ ਮੈਨੂੰ ਆਖਿਆ ਸੁਜਾਦ ਸਾਹਿਬ ਦ드ਰਾ ਸਾਹਿਬ ਤੁਸੀਂ ਕਿਹਦੇ ਪਾਸੇ ਟੁਰ ਪੇ ਸਾਡੇ ਕੋਲ ਪੁੱਛ ਹੀ ਲੈਂਦੇ ਕਿਉਂਕਿ ਕਾ ਅੱਛੀ ਸਲਾਮਤ ਹੈ ਮੇਰੀ ਉਹਨਾਂ ਨਾਲ ਬੜੀਆਂ ਮੁਹੱਬਤਾਂ ਨੇ ਤੇ ਉਹ ਉਹਨਾਂ ਨੇ ਫਿਰ ਸਾਰੀ ਮੈਨੂੰ ਜਾਣਕਾਰੀ ਦਿੱਤੀ ਉਹ ਤਸਵੀਰ ਵੀ ਦਿੱਤੀ ਜਿਹੜੀ ਕਿ ਅਸਲ ਜਿਹੜੀ ਉਹ ਮਸਜਿਦ ਮੀਆਂ ਰਾਂਝਾ ਉਹਦੀ ਤੇ ਦੱਸਿਆ ਕਿ ਇਹਨੂੰ ਯਾਰ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਹਰ ਪੰਜਾਬੀ ਇਹ ਤੇ ਵੀਡੀਓਜ਼ ਕਰੇ ਕਿ ਇਹ ਜਿਹੜਾ ਝੰਗ ਵਾਲਾ ਜਿਹਨੂੰ ਬਣਾਇਤਾ ਗਿਆ ਹੈ ਨਾ ਅਸਲ ਹੀ ਰਾਂਝਾ ਇਹ ਅਸਲ ਹੀ ਰਾਂਝਾ ਨਹੀਂ ਇਹ ਮਾਈ ਹੀਰ ਤੇ ਮੀਆਂ ਮੁਰਾਦ ਬਖਸ਼ੀ ਦਾ ਰਾਂਝਾ ਹੈ ਇਹ ਉਹਦੀ ਕਬਰ ਹੈ ਅਸਲ ਜਿਹੜੀ ਉਹ ਤਖਤ ਹਜ਼ਾਰੇ ਵੇ ਜਨਾਬ ਤੇ ਅਸੀਂ ਜਿਹੜਾ ਨਾ ਕੋਸ਼ਿਸ਼ ਕਰਾਂਗੇ ਕਿ ਬਹੁਤ ਜਲਦ ਇਨਸ਼ਾਅੱਲਾ ਤਾਲਾ ਜਿਵੇਂ ਰੱਬ ਸੋਣੇ ਨੂੰ ਮਨਜ਼ੂਰ ਹੋਇਆ ਜਿਵੇਂ ਅਸੀਂ ਇੱਥੇ ਗਏ ਆ ਨਾ ਇੱਥੇ ਜਾ ਕੇ ਦੁਬਾਰਾ ਵੀ ਵੀਡੀਓ ਕਰਾਂਗੇ ਝੰਗ ਜਾ ਕੇ ਵੀ ਤੇ ਦੱਸਾਂਗੇ ਕਿ ਇਹ ਮਾਈ ਹੀਰ ਤੇ ਮੁਰਾਦ ਬਖਸ਼ ਰਾਂਝੇ ਦਾ ਮਜ਼ਾਰ ਹੈ ਅਸਲ ਹੀ ਰਾਂਝੇ ਦਾ ਨਹੀਂ ਤੇ ਅਸਲ ਹੀ ਰਾਂਝੇ ਤੇ ਵੀ ਜਾ ਕੇ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਮੇਰੇ ਰੱਬ ਸੋਣੇ ਨੂੰ ਮਨਜ਼ੂਰ ਹੋਇਆ ਤੇ ਤਖਤ ਹਜ਼ਾਰੇ ਸਰਗੋਦੇ ਵੀ ਜਾਵਾਂਗੇ ਤੇ ਤੁਹਾਨੂੰ ਅਸਲ ਕਬਰ ਜਿਹੜੀ ਹੈ ਨਾ ਉਹ ਵੀ ਵਿਖਾਵਾਂਗੇ ਕੋਸ਼ਿਸ਼ ਕਰਨੇ ਆ ਅਸੀਂ ਮੈਂ ਸਭ ਅੱਗੇ ਰਿਕੁਐਸਟ ਕਰਨਾ ਹੱਥ ਬਣ ਕੇ ਕਿ ਯਾਰ ਜਿੰਨੇ ਵੀ ਲੋਕੀ ਵਲੌਗ ਕਰ ਰਹੇ ਨੇ ਕੋਸ਼ਿਸ਼ ਕਰੋ ਕਿ ਅਸਲ ਹੀ ਰਾंजे ਦੀ ਕਬਰ ਨੂੰ ਜਿਹੜਾ ਨਾ ਮਜ਼ਾਰਾ ਮਜ਼ਾਰ ਦਾ ਜਾ ਕੇ ਤਾਂ ਉਹਦੇ ਵਲੌਗ ਕੀਤੇ ਜਾਣ ਵੀਡੀਓਜ਼ ਕੀਤੀਆਂ ਜਾਣ ਤਾਂ ਕਿ ਉਸ ਕਬਰ ਨੂੰ ਅਸੀਂ ਸਾਹਮਣੇ ਲਿਆਉਣਾ ਤੇ ਉਹਦਾ ਜਨਾਬ ਲਈ ਅਸੀਂ ਦੱਸਣਾ ਕਿ ਅਸਲ ਜਿਹੜੀ ਹੈ ਨਾ ਐਵੇਂ ਐ ਮਾਈ ਹੀਰ ਵਾਲੀ ਹੈ ਜਿਹੜੀ ਕਿ ਬ੍ਰਾਹਮਣ ਕਿ ਟਿਬੇ ਦੇ ਉੱਤੇ ਵੇ ਚੰਗ ਠੀਕ ਹੈ ਜੀ ਤੇ ਰੱਬ ਸੋਣਾ ਤੁਹਾਨੂੰ ਸਲਾਮਤ ਰੱਖੇ ਦਿਓ ਇਜਾਜ਼ਤਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਤੁਹਾਡੀ ਸੇਵਾ ਚਾਹੁੰਦੇ ਆ ਰੱਬ ਰਾਖਾ